ਸਤਿ ਸ਼੍ਰੀ ਜੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ, ਮੈਂ ਗਗਨਦੀਪ ਕੌਰ ਦਸੂਆ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਹਾਂ ਅਤੇ ਹੁਣ ਮੈਂ ਪੰਚਕੂਲਾ ਵਿਖੇ ਮੈਰਿਡ ਹਾਂ। ਸਰ, ਮੈਂ ਅੱਜ 2 ਸਾਲ ਪਹਿਲੇ ਇੱਥੇ JEE ਸਬ ਸਟੇਸ਼ਨ PSTCL ਦੇ ਅੰਡਰ ਤੁਹਾਡੇ ਹੱਥੋਂ ਨਿਯੁਕਤੀ ਪੱਤਰ ਲਿਆ ਸੀ ਅਤੇ ਅੱਜ ਮੈਂ 2 ਸਾਲ ਦੇ ਅੰਦਰ ਅੰਦਰ AEOT ਇਲੈਕਟ੍ਰੀਕਲ ਲਈ ਨਿਯੁਕਤੀ ਪੱਤਰ ਤੁਹਾਡੇ ਕੋਲੋਂ ਲੈਣ ਆਈ ਹਾਂ। ਦੂਜੀ ਨੌਕਰੀ ਹੋ ਗਈ ਨਾਲੇ। ਹਾਂਜੀ, ਔਰ ਸਰ ਇਹ ਤੁਹਾਡੀ ਸਰਕਾਰ ਦੇ ਅੰਡਰ ਹੀ ਹੋ ਪਾਇਆ ਹੈ। ਸਰ, ਮੈਂ ਗੱਲ ਕਹੂੰਗੀ, ਤੁਸੀਂ ਪੰਜਾਬ 'ਚੋਂ ਬਾਹਰ ਜਾਣ ਦੀ ਲਹਿਰ ਰੋਕ ਦਿੱਤੀ ਸਰ, ਇਹ ਬਹੁਤ ਵੱਡੀ ਗੱਲ। ਪਰਮਾਤਮਾ ਸਰ, ਤੁਸੀਂ ਕਿਹਾ ਸੀ ਹਰ ਬੱਚਾ ਆਪਣੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਜੋਬ ਲਏਗਾ ਅਤੇ ਅੱਜ ਮੈਂ ਬੜੇ ਮਾਣ ਨਾਲ ਕਹਿਣਾ ਚਾਹੂੰਗੀ ਕਿ ਮੈਂ BTECH MTECH ਹੋਲਡਰ ਅੱਜ ਆਪਣੀ SDO ਦੀ ਪੋਸਟ ਲਈ ਇੱਥੇ ਨਿਯੁਕਤੀ ਪੱਤਰ ਲੈਣ ਆਈ ਹਾਂ। ਮੁਬਾਰਕਾਂ, ਬਹੁਤ 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 ਮੁਬਾਰਕਾਂ ਮੈਡਮ। ਮੈਂ ਥੋੜ੍ਹੀ ਇੱਕ ਵਾਪਰਾ ਜੀ ਉਹ ਮੇਰੇ ਨਾਲ ਘਟੀ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸਰ, ਮੈਂ ਮੀਡੀਆ ਨਾਲ ਸਾਡੀ ਇੰਟਰੈਕਸ਼ਨ ਹੋ ਰਹੀ ਸੀ ਅਤੇ ਸਾਡੇ ਵਿੱਚੋਂ ਹੀ ਨੇ ਲਵਪ੍ਰੀਤ ਬਰਾੜ ALM ਮੈਂ ਫਸਟ ਟਾਈਮ ਮਿਲੀ ਉਹਨਾਂ ਨੂੰ ਅਤੇ ਜਦੋਂ ਮੈਂ ਦੱਸਿਆ ਕਿ ਮੈਂ ਗੇਟ ਕੁਆਲੀਫਾਈ ਕਰਕੇ SDO ਦੀ ਭਰਤੀ ਹੋ ਜਾ ਰਹੀ ਹੈ ਮੇਰੀ, ਅਤੇ ਸਰ ਉਹ ਡਿਪਲੋਮਾ ਹੋਲਡਰ ਨੇ ਉਹਨਾਂ ਨੇ ਕਿਹਾ ਮੈਮ ਤੁਸੀਂ ਮੈਨੂੰ ਦੱਸੋਗੇ ਗੇਟ ਕਿੱਦਾਂ ਕੁਆਲੀਫਾਈ ਕਰਨਾ ਹੈ, ਮੈਂ BTECH ਕਰੂੰਗਾ ਅਤੇ ਮੈਂ ਗੇਟ ਦੇ ਕੇ ਮੈਂ AEOT ਵਿੱਚ ਲੱਗਣਾ ਚਾਹਾਂਗਾ। ਸਰ, ਇਹ ਸੋਚ ਬਦਲਤੀ ਤੁਸੀਂ, ਇਹ ਬਹੁਤ ਵੱਡੀ ਗੱਲ ਹੈ। ਦੱਸ ਦਿਓ ਹੁਣ। ਹਾਂਜੀ ਸਰ, ਉਹਨੂੰ ਦੱਸ ਦਿਓ। ਸਰ, ਮੈਂ ਹਾਂਜੀ ਹਾਂਜੀ ਸਰ, ਮੈਂ 500+ ਸਟੂਡੈਂਟਸ ਨੂੰ ਮੈਂਟਰਸ਼ਿਪ ਦੇ ਚੁੱਕੀ ਹਾਂ, ਟੀਚਿੰਗ 'ਚ ਰਹਿ ਚੁੱਕੀ ਹਾਂ ਸਰ ਮੈਂ, ਅਤੇ ਇਹ ਮੇਰਾ ਇੱਕ ਸੁਪਨਾ ਵੀ ਰਹੇਗਾ ਇੱਥੇ ਜਿੰਨੇ ਵੀ ਬੱਚੇ ਆ ਜਿਨ੍ਹਾਂ ਦੀ ਅਸੀਂ ਹੈਲਪ ਕਰ ਪਾਈਏ, ਮੈਂ ਬਹੁਤ ਸੁਭਾਗਿਸ਼ਾਲੀ ਆਪਣੇ ਆਪ ਨੂੰ ਮੰਨਾਂਗੀ ਇਸ ਚੀਜ਼ 'ਚ। ਸਰ, ਮੈਂ CMD ਸਰ ਦੀ ਬਹੁਤ ਸ਼ੁਕਰਗੁਜ਼ਾਰ ਹਾਂ। ਲਾਸਟ ਈਅਰ 125 SDOs ਦੀ ਭਰਤੀਆਂ ਆਈਆਂ, ਉਹਦੇ ਬਾਅਦ ਅਗਲੇ ਹੀ ਸਾਲ ਸਰ, ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਹੈ, 100 ਭਰਤੀਆਂ ਹੋਰ AEOT ਦੇ ਵਿੱਚ। ਐਂਡ ਸਰ, ਇਹ ਤੁਹਾਡੀ ਜਿਹੜੀ ਵਿਜ਼ਨ ਹੈ ਆਮ ਆਦਮੀ ਪਾਰਟੀ ਸਰਕਾਰ ਦੀ, ਕੁਆਲੀਫਿਕੇਸ਼ਨ ਦੇ ਅਕੋਰਡਿੰਗ ਜੋਬ ਲੈਣੀ ਅਤੇ ਪੰਜਾਬ ਦੇ ਵਿੱਚ ਰਹਿ ਕੇ ਜੋਬ ਕਰਨੀ, ਸਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ, ਮੇਰਾ ਪਰਿਵਾਰ ਹਮੇਸ਼ਾ ਤੁਹਾਡੇ ਲਈ ਸ਼ੁਕਰਗੁਜ਼ਾਰ ਰਹਾਂਗੇ ਅਤੇ ਮੈਂ ਵਾਹਿਗੁਰੂ ਜੀ ਦੀ ਬਹੁਤ ਸ਼ੁਕਰਗੁਜ਼ਾਰ ਹਾਂ। ਬੋਲੇ ਹੀ ਸੋ ਨਿਹਾਲ ਸਰ। ਐਂਡ ਸਰ, ਆਈ ਵਿਸ਼ ਯੂ ਫੋਰ ਯੋਰ ਗ੍ਰੇਟ ਹੈਲਥ, ਕਿਉਂਕਿ ਸਾਨੂੰ ਤੁਹਾਡੀ ਲੀਡਰਸ਼ਿਪ ਦੀ ਬਹੁਤ ਲੋੜ ਹੈ, ਔਰ ਜਿੱਦਾਂ ਤੁਸੀਂ ਹੱਸਦੇ ਹੋਏ ਇੰਨਾ ਪ੍ਰੈਸ਼ਰ ਝੇਲ ਲੈਂਦੇ ਹੋ, ਅਸੀਂ ਚਾਹੁੰਦੇ ਹਾਂ ਤੁਸੀਂ ਇਹੀ ਸਾਡੇ ਸਿਰ 'ਤੇ ਹੱਥ ਰੱਖੋ ਔਰ ਅਸੀਂ ਵੀ ਇਸ ਜੋਬ ਦੇ ਵਿੱਚ ਵਧੀਆ ਕੰਮ ਕਰ ਪਾਈਏ। ਥੈਂਕ ਯੂ ਸਰ, ਐਂਡ ਥੈਂਕ ਯੂ CMD ਸਰ, ਇਟ ਮੀਨਸ ਅ ਲੋਟ। ਥੈਂਕ ਯੂ। ਸੁਖਚੈਨ ਕੌਰ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਸੁਖਚੈਨ ਕੌਰ ਹੈ, ਮੈਂ ਸ਼ਹਿਰ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ। ਸਰ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਸਾਨੂੰ ਇੱਕ ਨਵੀਂ ਉਮੀਦ ਆਈ ਕਿ ਜਿਹੜੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ, ਅਤੇ ਇਹ ਸਰਕਾਰ ਸਰ ਪੂਰੀ ਸਾਡੀਆਂ ਉਮੀਦਾਂ ਦੇ ਖਰੇ ਉੱਤਰ ਰਹੀ ਹੈ, ਸਾਡੇ ਲਈ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਲਿਆ ਰਹੀ ਹੈ ਜੋ ਮਤਲਬ ਪਹਿਲੀ ਸਰਕਾਰ 'ਚ ਅਸੀਂ ਸੋਚ ਵੀ ਨਹੀਂ ਸਕਦੇ ਸੀ, ਅਤੇ ਕਿੰਨੇ ਰੁਜ਼ਗਾਰ ਦੇ ਮੌਕੇ, ਉਸੇ ਮੌਕੇ ਦੇ ਅੱਜ ਅਸੀਂ ਲਗਭਗ 1300 ਕੈਂਡੀਡੇਟ ਜਿਹੜੇ ਆ ਭਾਗੀਦਾਰ ਬਣ ਰਹੇ ਹਾਂ। ਇਹਦੇ ਲਈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਅਤੇ ਸਰ ਮੈਨੂੰ ਪੂਰੀ ਉਮੀਦ ਹੈ ਕਿ ਭਵਿੱਖ ਦੇ ਵਿੱਚ ਵੀ ਤੁਸੀਂ ਇੱਦਾਂ ਹੀ ਸਾਡੇ ਵਰਗੇ ਨੌਜਵਾਨ ਨੂੰ, ਜਿਹੜਾ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿਓਗੇ। ਅਤੇ ਜੋ ਜਿੱਦਾਂ ਮੈਮ ਨੇ ਕਿਹਾ ਕਿ ਬੱਚੇ ਬਾਹਰ ਨੂੰ ਭੱਜਦੇ ਆ ਜਿਹੜੇ, ਉਹ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦੇ ਮੌਕੇ ਜੇ ਸਾਨੂੰ ਮਿਲਦੇ ਰਹਿਣਗੇ ਤਾਂ ਉਹ ਬਾਹਰ ਜਾਣ ਦੀ ਸੋਚਣਗੇ। ਅਤੇ ਸਰ ਮੈਨੂੰ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਇਸ ਪੁਆਇੰਟ ਆਫ ਵਿਊ 'ਤੇ ਕਿ ਨੌਜਵਾਨ ਸਾਡਾ ਪੰਜਾਬ ਦਾ ਯੂਥ ਜਿਹੜਾ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਸਰਵ ਕਰੇ, ਇਹ ਪੰਜਾਬ ਦੀ ਬੈਟਰਮੈਂਟ ਦੇ ਲਈ ਆਈ ਥਿੰਕ ਇਸ ਤੋਂ ਵਧੀਆ ਕੁਛ ਹੋਰ ਨਹੀਂ ਹੋ ਸਕਦਾ। ਅਤੇ ਸਰ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇੱਦਾਂ ਦੇ ਮੌਕੇ ਦੇਣ ਲਈ, ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਸਰਵ ਕਰ ਸਕੀਏ। ਤੁਹਾਡੀ ਮਿਹਨਤ ਹੈ ਸੁਖਚੈਨ ਕੌਰ ਜੀ। ਥੈਂਕ ਯੂ ਸਰ। ਉਹ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ, ਨਾ ਜਰਨੈਲ ਦਾ ਹੁੰਦਾ। ਸਰ ਮੇਰਾ ਤਾਂ ਨਾਂ ਹੀ ਲੱਗੀ ਜਾਂਦਾ, ਮਿਹਨਤ ਤਾਂ ਤੁਹਾਡੀਆਂ ਨੇ ਸਰ। ਜਰਨੈਲ ਤਕੜਾ ਹੋਵੇ, ਫੌਜਾਂ ਆਪ ਹੀ ਤਕੜੀਆਂ ਹੋ ਜਾਂਦੀਆਂ ਨੇਗੀਆਂ। ਜਰਨੈਲ ਜਿਹੜਾ ਸਰ
ਲੀਡਰ ਜਦੋਂ ਜਿੱਧਰ ਨੂੰ ਲੈ ਕੇ ਜਾਂਦਾ ਨਾ ਸਰ, ਇੱਕ ਲੜਾਈ ਉਧਰ ਨੂੰ ਜਾਂਦੀ ਆ ਸਾਡਾ, ਜਦੋਂ ਲੀਡਰ ਸਾਨੂੰ ਸਰਵ ਕਰਨ ਦੀ ਇੱਕ ਜਿਹੜੀ ਡਾਇਰੈਕਸ਼ਨ ਦੇ ਰਿਹਾ ਤਾਂ ਸਰ ਅਸੀਂ ਉਹਨਾਂ ਦੀ ਡਾਇਰੈਕਸ਼ਨ ਤੇ ਚੱਲਾਂਗੇ। ਤੇ ਮੈਨੂੰ ਲੱਗਦਾ ਕਿ ਸਾਨੂੰ ਪੰਜਾਬ ਨੂੰ ਇੱਕ ਬਹੁਤ ਵਧੀਆ ਲੀਡਰ ਮਿਲਿਆ ਤੇ ਇਸ ਲੀਡਰ ਤੋਂ ਸਾਨੂੰ ਹਮੇਸ਼ਾ ਇੱਕ ਚੰਗੀ ਉਮੀਦ ਰਹੇਗੀ ਤੇ ਲੀਡਰ ਵੀ ਮੈਨੂੰ ਲੱਗਦਾ ਸਾਡੀਆਂ ਉਮੀਦਾਂ ਤੇ ਪੂਰਾ ਹੀ ਖਰਾ ਉਤਰਦਾ ਸਰ। ਹੈ ਵੀ ਸੰਗਰੂਰ ਦਾ ਹੀ ਹੈ। ਹਾਂਜੀ ਸਰ, ਸਾਡਾ ਜ਼ਿਲ੍ਹਾ ਸੰਗਰੂਰ ਸਰ। ਤੇ ਥੈਂਕ ਯੂ ਸੋ ਮਚ ਸਰ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਸਰ। ਜਸਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਜਸਪ੍ਰੀਤ ਕੌਰ, ਮੈਂ ਪਿੰਡ ਖੋਖਰ ਕਲਾਂ ਤੋਂ ਜੀ, ਜ਼ਿਲ੍ਹਾ ਸੰਗਰੂਰ ਦੀ ਹਾਂ ਜੀ। ਮੈਂ ALM ਦੀ ਭਰਤੀ ਲਈ ਅੱਜ ਨਿਯੁਕਤੀ ਪੱਤਰ ਲੈਣ ਆਈ ਹਾਂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਮੈਂ ਬਹੁਤ ਟਾਈਮ ਤੋਂ ਟਰਾਈ ਕਰ ਰਹੀ ਸੀਗੀ। ਗੋਵਿੰਦਗੜ੍ਹ ਖੋਖਰ? ਹਾਂਜੀ ਸਰ, ਜਿੱਥੇ ਤੁਹਾਡੀ ਭੂਆ ਜੀ। ਉਹਨਾਂ ਦੇ ਘਰਾਂ ਚ ਹੋਈ ਹੈ ਜੀ। ਅੱਛਾ, ਮੈਂ ਗਰਮੀਆਂ ਦੀ ਛੁੱਟੀਆਂ ਚ ਮੈਂ ਜਾਂਦਾ। ਹਾਂਜੀ ਸਰ, ਉਦੋਂ ਅਸੀਂ ਉੱਥੇ ਹੀ ਸੀਗੇ, ਰੋਟੀ ਬਣਾ ਰਹੇ ਸੀ ਜੀ ਤੁਸੀਂ। ਉਹਨਾਂ ਨੇ ਮੈਨੂੰ ਕਿਹਾ ਵੀ ਸੀਗਾ ਵੀ ਤੁਸੀਂ ਜ਼ਰੂਰ ਕਿਹੋ, ਵੀ ਦੱਸਿਆ ਸੀਗਾ ਵੀ ਅੱਜ ਆਉਣਗੇ ਜੀ ਸਰ, ਵੀ ਅਸੀਂ ਉੱਥੋਂ ਆਈ। ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਮੈਂ ਬਹੁਤ ਟਾਈਮ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਜੀ, ਸਾਡੇ ਸਾਰੇ ਪਰਿਵਾਰ ਵੱਲੋਂ ਜੀ। ਬਹੁਤ ਬਹੁਤ ਥੈਂਕ ਯੂ, ਮੁਬਾਰਕਾਂ ਜਸਪ੍ਰੀਤ ਸਰ। ਇਹਨਾਂ ਤੋਂ ਬਾਅਦ ਗੁਰਵਿੰਦਰ ਸਿੰਘ ਪਾਸ ਕਰ ਦਿਓ ਜੀ ਮਾਈਕ। ਉਹ ਪਿੱਛੇ ਹੈਗਾ ਮਾਈਕ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਮੈਂ ਗੁਰਵਿੰਦਰ ਸਿੰਘ, ਫਾਦਰ ਨੇਮ ਸਰਬੱਤ। ਦੂਜਾ ਮਾਈਕ ਲੈ ਲਓ ਨਾ, ਜਿਹੜਾ ਪਿੱਛੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਮੈਂ ਗੁਰਵਿੰਦਰ ਸਿੰਘ, ਫਾਦਰ ਨੇਮ ਸਰਦਾਰ ਗੁਰਨਾਮ ਸਿੰਘ ਜੀ। ਸਰ, ਨੰਗਲਦਿਆਲ ਸਿੰਘ ਪਿੰਡ ਜੰਡਿਆਲਾ ਗੁਰੂ ਹਲਕਾ ਤੋਂ ਆਇਆ ਹਾਂ ਮੈਂ ਸਰ। ਹੈਲੋ, ਥੋੜ੍ਹੇ ਨੇੜੇ ਕਰ ਲਓ ਮਾਈਕ। ਹਾਂਜੀ, ਜੰਡਿਆਲਾ ਗੁਰੂ ਹਲਕੇ ਤੋਂ ਆਇਆ ਹਾਂ ਸਰ ਮੈਂ। ਮਾਈਕ ਨੇੜੇ ਕਰ ਲਓ ਥੋੜ੍ਹੇ। ਹੈਲੋ, ਮੈਂ ਜੰਡਿਆਲਾ ਗੁਰੂ ਹਲਕੇ ਤੋਂ ਆਇਆ ਹਾਂ ਸਰ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਹਰਭਜਨ ਸਿੰਘ ETO ਸਾਹਿਬ ਦਾ, ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ ETO, ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰ। ਇਹ ਮੈਂ ਦਿਲੋਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਸਰ, ਮੈਂ ਬਹੁਤ ਮਤਲਬ ਗਰੀਬ ਪਰਿਵਾਰ ਤੋਂ ਆਇਆ ਸਰ। ਮੇਰੇ ਪਰਿਵਾਰ 'ਚ ਪਹਿਲੀ ਵਾਰੀ ਨੌਕਰੀ ਮਿਲਣ ਜਾ ਰਹੀ ਹੈ, ਪਹਿਲੀ ਵਾਰੀ ਮੈਂ ਬੋਲ ਰਿਹਾ ਸਟੇਜ ਦੇ ਉੱਪਰ, ਥੋੜ੍ਹਾ ਜਿਹਾ ਮੈਨੂੰ ਕੰਫਰਟੇਬਲ ਜਿਹਾ ਮਹਿਸੂਸ ਨਹੀਂ ਹੋ ਰਿਹਾ। ਕੋਈ ਨਹੀਂ ਕੋਈ ਨਹੀਂ, ਬੋਲਣਾ ਬੋਲਣਾ ਕੋਈ ਨਹੀਂ, ਇੱਦਾਂ ਹੀ ਹੋ ਜਾਂਦਾ ਹੁੰਦਾ ਹੌਲੀ ਹੌਲੀ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਸਰ। ਮੈਂ ਹਰਭਜਨ ਸਿੰਘ ETO ਸਾਹਿਬ ਦੇ ਹਲਕੇ ਤੋਂ ਵੀ ਆਇਆ ਅਤੇ ਸਰ ਬਹੁਤ ਜ਼ਿਆਦਾ ਵਿਕਾਸ ਕਰਾਇਆ ਸਰ ਇਹਨਾਂ ਨੇ ਸਾਡੇ ਹਲਕੇ ਦਾ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਗੁਰਵਿੰਦਰ, ਥੈਂਕ ਯੂ, ਮੁਬਾਰਕਾਂ ਬਹੁਤ ਬਹੁਤ ਪਰਿਵਾਰ। ਥੈਂਕ ਯੂ ਸਰ। ਰੋਜਲ ਰਾਣੀ ਜੀ ਸਰ, ਮੇਰਾ ਨਾਮ ਰੋਜ਼ਲ ਹੈ ਐਂਡ ਮੈਂ ਬਠਿੰਡਾ ਸੇ ਬਿਲੋਂਗ ਕਰਤੀ ਹੂੰ। ਅੱਜ ਮੇਰੀ PSPCL ਮੈਂ ਕਲਰਕ ਕੀ ਪੋਸਟਿੰਗ ਹੋਈ ਹੈ ਔਰ ਪਿਛਲੇ ਸਾਲ ਮੇਰੀ ਸਿਸਟਰ ਕੀ ਵੀ ਗਵਰਨਮੈਂਟ ਜੋਬ ਲੱਗੀ ਹੈ ਐਂਡ ਮੈਂ ਆਪਕਾ ਬਹੁਤ ਬਹੁਤ ਥੈਂਕ ਯੂ ਕਰਤੀ ਹੂੰ ਕਿਉਂਕਿ ਕਾਫੀ ਐਫਰਟਸ ਆਪਕੇ ਵੀ ਹੈ, ਅਗਰ ਹਮਨੇ ਇਗਜ਼ਾਮ ਮੇਂ ਮਿਹਨਤ ਕੀਆ ਤੋ ਆਪਣੇ ਵੈਕੈਂਸੀਜ਼ ਨਿਕਾਲਨੇ ਮੇਂ ਕੀ ਹੈ। ਥੈਂਕ ਯੂ ਸੋ ਮਚ ਸਰ। ਸੋ ਨਾਈਸ ਆਫ ਯੂ, ਸੋ ਨਾਈਸ ਆਫ, ਥੈਂਕ ਯੂ, ਥੈਂਕ ਯੂ। ਪਰਵਿੰਦਰ ਸਿੰਘ ਜੀ, ਗੁੱਡ ਈਵਨਿੰਗ ਸਰ, ਮਾਈ ਨੇਮ ਇਜ਼ ਪਰਵਿੰਦਰ ਸਿੰਘ, ਆਈ ਬਿਲੋਂਗ ਟੂ ਫਰੀਦਕੋਟ, ਨਾਓ ਆਈ ਐਮ ਗੋਇੰਗ ਫਰੋ। ਪੰਜਾਬੀ ਬੋਲਣਾ ਕੋਈ ਚੱਕਰ ਨਹੀਂ ਸਰ, ਹੁਣ ਮੈਂ ਐਜ਼ ਅ ਕਲਰਕ ਜੁਆਇਨ ਕਰ ਰਿਹਾ PSPCL ਦੇ ਵਿੱਚ। ਕਿੰਨਾ ਸੋਹਣੀ ਪੰਜਾਬੀ ਬੋਲਦਾ ਨੇ। ਸਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ
ਤੁਹਾਡੀ ਵਜ੍ਹਾ ਨਾਲ ਸਾਨੂੰ ਨੌਕਰੀ ਮਿਲੀ। ਪਿਛਲੇ ਕਾਫੀ ਸਾਲਾਂ ਤੋਂ ਵੈਕੈਂਸੀਜ਼ ਬਹੁਤ ਘੱਟ ਨਿਕਲ ਰਹੀਆਂ ਸੀ, ਲੇਕਿਨ ਤੁਹਾਡੇ ਗਵਰਨਮੈਂਟ ਦੇ ਅੰਡਰ ਬਹੁਤ ਵੈਕੈਂਸੀਜ਼ ਨਿਕਲੀਆਂ ਤੇ ਤੁਹਾਡੀ ਗਵਰਨਮੈਂਟ ਬਹੁਤ ਪੰਕਚੁਅਲਿਟੀ ਹੈ, ਮਤਲਬ ਵਿਦ ਇਨ ਟਾਈਮ ਪੀਰੀਅਡ ਸਾਰੇ ਰਿਕਰੂਟਮੈਂਟਸ ਕੰਪਲੀਟ ਹੋਈਆਂ, ਤੇ ਇੱਕ ਵਾਰ ਫਿਰ ਸਾਰੇ ਵੱਲੋਂ ਬਹੁਤ ਬਹੁਤ ਥੈਂਕ ਯੂ। ਥੈਂਕ ਯੂ। ਤੇ ਆਖਿਰ ਦੇ ਵਿੱਚ ਨੇ ਜੀ ਰਾਹੁਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਾਹੁਲ ਸ਼ਰਮਾ, ਪਿੰਡ ਫਤਿਹਗੜ੍ਹ ਪੰਜ ਗਈਆਂ, ਡਿਸਟ੍ਰਿਕਟ ਸੰਗਰੂਰ ਤੋਂ ਆਇਆ ਸਰ ਮੈਂ। ਜਿੱਦਾਂ ਉਹ ਸਿਸਟਰ ਸਰ ਕਹਿ ਰਹੇ ਸੀ ਵੀ ਯੂਥ ਬਾਹਰ ਜਾ ਰਿਹਾ, ਮੈਂ ਬਾਹਰੋਂ ਇੱਥੇ ਆਇਆ ਸਰ ਅੱਜ ਆਪਣਾ ਨਿਯੁਕਤੀ ਪੱਤਰ ਲੈਣ। ਅੱਛਾ। ਹਾਂਜੀ ਹਾਂ ਸਰ, ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ ਇਹ। ਕਿੱਥੇ ਚਲਾ ਗਿਆ ਸੀ? ਮੈਂ ਇਟਲੀ ਗਿਆ ਸੀ ਸਰ। ਅੱਛਾ, ਫਿਰ ਜਦੋਂ ਪਤਾ ਲੱਗਿਆ ਵੀ ਮੇਲ ਆਈ ਸਰ ਮੈਨੂੰ, ਤੇ ਫਿਰ ਮੈਂ ਉੱਥੋਂ ਇੱਥੇ ਆਇਆ। ਮੈਂ ਘਰੇ ਹਲੇ ਗਿਆ ਨਹੀਂ ਸਰ। ਓ ਅੱਛਾ। ਹਾਂਜੀ, ਮੇਰਾ ਬੋਰਡਿੰਗ ਪਾਸ ਮੇਰੇ ਕੋਲ ਹੀ ਹੈ ਸਰ, ਕੱਲ੍ਹ ਹੀ ਆਇਆ ਹਲੇ ਮੈਂ ਚੰਡੀਗੜ੍ਹ। ਹਾਂ ਹਾਂਜੀ ਸਰ, ਦਿੱਲੀ ਤੋਂ ਸਿੱਧਾ ਚੰਡੀਗੜ੍ਹ ਹੀ ਆਇਆ ਸਰ ਮੈਂ। ਵਾਹ ਵਾਹ। ਹਾਂ, ਹੁਣ ਨਿਯੁਕਤੀ ਪੱਤਰ ਲੈ ਕੇ ਜਾਊਂਗਾ ਸਰ। ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਦੌਲਤ ਹੀ ਹੋਇਆ ਸਰ। ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਬਹੁਤ ਮਿਹਰਬਾਨੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ। ਥੈਂਕ ਯੂ ਸਰ। ਗੁੱਡ ਲੱਕ। ਬਹੁਤ ਬਹੁਤ ਸ਼ੁਕਰੀਆ ਜੀ। ਹੁਣ ਨਿਯੁਕਤੀ ਪੱਤਰਾਂ ਦੀ ਵੰਡ ਹੋਏਗੀ। ਸਾਰੇ ਕੈਂਡੀਡੇਟਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਟੇਜ ਦੇ ਖੱਬੇ ਪਾਸੇ ਛੇਤੀ ਤੋਂ ਛੇਤੀ ਲਾਈਨ ਅਪ ਹੋ ਜਾਣ। ਮੁੱਖ ਮਹਿਮਾਨ ਜੀ, ਬਿਜਲੀ ਵਿਭਾਗ ਦੇ 1311 ਨੌਜਵਾਨਾਂ ਨੂੰ ਅੱਜ ਆਪਣੇ ਕਰਕਮਲਾਂ ਦੇ ਨਾਲ ਨਿਯੁਕਤੀ ਪੱਤਰ ਦੇਣਗੇ। ਸਭ ਤੋਂ ਪਹਿਲਾਂ ਹੈ ਜੀ ਸੁਖਚੈਨ ਕੌਰ। ਗੁਲਸ਼ਨਦੀਪ ਸਿੰਘ, ਚਲੋ ਗੁਲਸ਼ਨਦੀਪ ਸਿੰਘ। ਇਹਨਾਂ ਤੋਂ ਬਾਅਦ ਅਰਸ਼ਦੀਪ ਸਿੰਘ ਬੱਗਾ, ਅਰਸ਼ਦੀਪ ਸਿੰਘ ਬੱਗਾ, ਪ੍ਰਿੰਸ ਕੁਮਾਰ ਬੰਸਲ। ਇਹਨਾਂ ਤੋਂ ਬਾਅਦ ਪ੍ਰਿੰਸ ਕੁਮਾਰ ਬੰਸਲ, ਨਵਦੀਪ ਕੌਰ, ਨਵਪ੍ਰੀਤ ਕੌਰ, ਨਵਪ੍ਰੀਤ ਕੌਰ, ਰਾਜਵੀਰ ਸਿੰਘ, ਜਸਪ੍ਰੀਤ ਕੌਰ, ਜਸਪ੍ਰੀਤ ਕੌਰ, ਰਵਿੰਦਰ ਸਿੰਘ, ਰਵਿੰਦਰ ਸਿੰਘ। ਇਹਨਾਂ ਤੋਂ ਬਾਅਦ ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ। ਇਹਨਾਂ ਤੋਂ ਬਾਅਦ ਗੁਰਵਿੰਦਰ ਸਿੰਘ, ਪਵਿੱਤਾ, ਰਣਜੀਤ ਸਿੰਘ। ਇਹਨਾਂ ਤੋਂ ਬਾਅਦ ਬਬੀਤਾ, ਅਜੇ ਕੁਮਾਰ, ਅਜੇ ਕੁਮਾਰ, ਲਵਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਰੀਆ ਗੁਪਤਾ, ਰੀਆ ਗੁਪਤਾ। ਤੇ ਆਖਰੀ ਕੈਂਡੀਡੇਟ ਹੈ ਜੀ ਰਾਹੁਲ ਸ਼ਰਮਾ। ਸਾਰੇ ਹੀ ਉਮੀਦਵਾਰਾਂ ਦੀ ਇੱਕ ਗਰੁੱਪ ਫੋਟੋ ਮੁੱਖ ਮਹਿਮਾਨ ਜੀ ਨਾਲ ਹੋਏਗੀ।
ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਸੈਂਟਰ 'ਚ ਆ ਜਾਣ, ਕਿਰਪਾ ਕਰਕੇ ਦੋ ਲਾਈਨਾਂ ਬਣਾ ਲਿਓ ਜੀ। ਮੁੱਖ ਮਹਿਮਾਨ ਜੀ ਨਾਲ ਇੱਕ ਯਾਦਗਾਰੀ ਫੋਟੋ